ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ MSW ਸਟੱਡੀ ਫੋਰ ਜੋਬ। ਅੱਜ ਦੀ ਜਿਹੜੀ ਗੁੱਡ ਨਿਊਜ਼ ਹੈਗੀ, ਦੇਖ ਸਕਦੇ ਹੋ ਡਾਇਰੈਕਟਰ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਹੜੀ ਜੋਬ ਆਊਟ ਹੋ ਚੁੱਕੀ ਹੈ, ਟੀਚਿੰਗ ਅਸਾਮੀਆਂ ਜਿਹੜੀਆਂ ਨਿਕਲ ਚੁੱਕੀਆਂ ਨੇ, ਕਾਲਜਾਂ ਜਾਂ ਕਾਲਜੀਏਟਡ ਸਕੂਲਾਂ ਦੇ ਵਿੱਚ ਜਿਹੜੀ ਵੈਕੈਂਸੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਦਰ ਜਿਹੜੇ ਕਾਲਜ ਜਾਂ ਸਕੂਲ ਹੁੰਦੇ ਉਹਨਾਂ ਵਿੱਚ ਇਹ ਵੈਕੈਂਸੀ ਜਿਹੜੀ ਰੱਖੀ ਜਾਏਗੀ। ਦੇਖ ਸਕਦੇ ਹੋ 2019 ਤੋਂ ਲੈ ਕੇ 20,000 ਦੇ ਜਿਹੜਾ ਸੈਸ਼ਨ ਦੇ ਜਿਹੜੀਆਂ ਵਿੱਦਿਅਕ ਯੋਗਤਾ ਵਿੱਦਿਅਕ ਸੈਸ਼ਨ ਦੇ ਮੁਤਾਬਕ ਜਿਹੜੀ ਇਹ ਭਰਤੀ ਕੀਤੀ ਜਾ ਰਹੀ ਹੈ। ਦੇਖ ਸਕਦੇ ਹੋ ਪ੍ਰੋਫੈਸਰ ਅਤੇ ਲੈਕਚਰਾਰ ਦੀ ਜਿਹੜੀ ਸਾਮੀਆਂ ਦੀ ਅਰਜ਼ੀਆਂ ਦੀ ਜਿਹੜੀ ਮੰਗ ਕੀਤੀ ਗਈ ਇਸ ਦੇ ਵਿੱਚ ਯੋਗਤਾ ਸੰਬੰਧਿਤ ਯੂਨੀਵਰਸਿਟੀ UGC ਦੇ ਨਿਯਮਾਂ ਦੇ ਅਨੁਸਾਰ ਹੋਵੇਗੀ। ਉਮੀਦਵਾਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਵੈਬਸਾਈਟ 'ਤੇ ਜਿਹੜਾ ਜਾ ਕੇ ਪੂਰੀ ਹੋਰ ਜਾਣਕਾਰੀ ਲੈ ਸਕਦੇ ਹੈ। ਦੇਖ ਸਕਦੇ ਹੋ www.DESGPG.org 'ਤੇ ਔਨਲਾਈਨ ਜਿਹੜਾ ਤੁਸੀਂ ਫਾਰਮ ਫਿਲ ਕਰਨਾ, ਅਸਾਮੀਆਂ ਦੀਆਂ ਹੋਰ ਸ਼ਰਤਾਂ ਜਿਹੜੀਆਂ ਹੈਗੀਆਂ ਉਹ ਵਧੇਰੇ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ ਤਾਂ ਵਿਭਾਗ ਦੀ ਵੈਬਸਾਈਟ 'ਤੇ ਲੈ ਸਕਦੇ ਹੋ। ਅਪਲਾਈ ਕਰਨ ਦੀ ਜਿਹੜੀ ਅੰਤਿਮ ਮਿਤੀ ਦੇਖ ਸਕਦੇ ਹੋ ਤੁਸੀਂ 6/6/2019 ਜਿਹੜੀ ਰਹੇਗੀ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇੰਟਰਵਿਊ ਬਾਰੇ ਜਿਹੜੀ ਜਾਣਕਾਰੀ ਹੋਏਗੀ ਸਥਾਨ ਦੀ, ਤਾਂ ਉਹ ਸਾਰਾ ਕੁਝ ਜਿਹੜਾ ਤੁਹਾਨੂੰ ਵਿਭਾਗ ਦੀ ਵੈਬਸਾਈਟ 'ਤੇ ਹੀ ਪਤਾ ਲੱਗੇਗਾ। ਜਿਹੜੀ ਅਸਾਮੀ ਦੀ ਗਿਣਤੀ ਉਹ ਕਟਾਈ ਵਧਾਈ ਜਾ ਸਕਦੀ ਹੈ। ਠੀਕ ਹੈ ਜੀ, ਆਸ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੇ ਹੋ, ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ। ਥੈਂਕ ਯੂ ਸੋ ਮੱਚ।